एचएनए टीवी देख रहे तमाम दर्शकों का मैं सबदेशन चाल शाम के बुलेटिन में स्वागत करता हूं। आज की मुख्य रिपोर्ट इस प्रकार है। देश में जगह जगह खुले शराब के ठेके, लगी लंबी लंबी लाइनें, सोशल डिस्टेंस को दिखाया ठेंगा। इसमें कोरोना संक्रमण का आंकड़ा पहुंचा 42,000 के पार। चंडीगढ़ में अब दुकानें खुलेंगी सुबह 10 बजे से लेकर शाम के 6 बजे तक। विश्व में कोरोना से मरने वालों की संख्या पहुंची 2 लाख के पार। संगरूर, जलंधर, चंडीगढ़ में कोरोना के 65 पेशेंट आज आए सामने। जलंधर में कोरोना वायरस पीड़ित मुलाजिमों ने सिविल अस्पताल में खुद को एक्सरसाइज करके रखा फिट। धार्मिक संस्थाओं के सदस्यों ने गायक रंजीत बाबा के खिलाफ धार्मिक भावनाओं के तहत केस दर्ज करवाया। जलंधर के नशा छुड़ाओ केंद्र में मुलाजिमों ने कलम छोड़ हड़ताल के। मेरा नाम जी हरजिंदर पाल सिंह। अजी सर, अपने जिहड़ी अज हड़ताल कीती, क्यों कीती गई है ते की कारण है अपने, किन्ने कु मुलाजम हड़ताल ते गए हो? असीं अज तो 1 साल पहला भी हड़ताल ते बैठे सीगे। असीं सरकार नूं बहुत बार पहला अपना मेमोरेंडम दे चुके हैं कि साडा कोई रैगूलर दा प्लैन बनाया जाए ते साडे जिहड़े आउटसोर्स स्टाफ ने जो भी आउटसोर्सिंग लै रहे ने सरकार, उहनां नूं सोसाइटी दे अंडर लिया जाए ते साडा कोई भी साडी सुनवाई नहीं हुई। असीं नशे नूं जड़ तों पुट्टण लई असीं सरकार दे नाल पूरा सहयोग दित्ता, पर साडी अपनी कोई जड़ नहीं है। सरकार ने साडे नाल मतरेई माण वाला सलूक कर रही है। 6 सालों तो असीं अपनी सेवावां पूरे तनदेही नाल निभा रहे हैं, पर सानू हजे तक कोई भी बेनीफिट नहीं मिलिया। सिर्फ 6% सालाना बेनीफिट मिलिया सी। उहदे नाल तुसीं दसो महंगाई दे जमाने 'च असीं अपना किदां गुजारा कर सकदे हां? असीं आपो अपनी पब्लिक तुहानूं पता कि जो भी ट्रांसपोर्टेशन आ उह सारी बंद हो चुकी है। असीं अपने अपने वहीकल ते अपने अपने खर्चे नाल आ रहे हैं। ਕਿੰਨਾ ਪੋਸੀਬਲ ਹੈਗਾ ਕਿ ਕੋਈ ਬੰਦਾ ਇਸ ਅੱਜ ਕੱਲ੍ਹ ਦੇ ਦੌਰ 'ਚ ਆਪਣਾ ਸਰਵਾਈਵ ਕਰ ਸਕੇ? ਸਰ, ਜਿਹੜੀ ਹੜਤਾਲ ਕੀਤੀ ਹੈ, ਹੜਤਾਲ ਨਾਲ ਜਿਹੜੀ ਦਿੱਕਤ ਆਊਗੀ ਨਸ਼ਾ ਛੁਡਾਉਣ ਵਾਲੇ ਜਿਹੜੇ ਯੁਵਕਾਂ ਨੂੰ, ਉਹਨਾਂ ਤੋਂ ਕਿਉਂ ਜ਼ਿੰਮੇਵਾਰੀ ਵਾਸਤੇ ਤੁਸੀਂ ਮੰਨਦੇ ਹੋ? ਦੇਖੋ, ਅਸੀਂ ਇੰਨੇ ਚਿਰ ਤੋਂ ਸਿਰਫ ਇਸੇ ਕਰਕੇ ਸਹਿਯੋਗ ਕਰ ਰਹੇ ਹਾਂ ਕਿ ਕੋਈ ਵੀ ਦਿੱਕਤ ਨਾ ਆਵੇ, ਜੋ ਵੀ ਸਾਡੀ ਸੁਸਾਇਟੀ ਹੈਗੀ ਆ, ਸਾਡੀ ਜੋ ਕਮਿਊਨਿਟੀ ਹੈਗੀ ਉਹਦੇ ਵਿੱਚ ਨਸ਼ਾ ਜੋ ਕਰਦੇ ਨੇ, ਜਿਨ੍ਹਾਂ ਨੂੰ ਲੱਤ ਲੱਗੀ ਆ, ਅਸੀਂ ਉਹਨਾਂ ਦਾ ਪੂਰਾ ਧਿਆਨ ਰੱਖੀਏ। ਪਰ ਮਜਬੂਰਨ ਸਾਨੂੰ ਮਜਬੂਰ ਹੋ ਕੇ ਆਪਣੀ ਆਤਮਾ ਨੂੰ ਮਾਰ ਕੇ ਸਾਨੂੰ ਆਪਣੇ ਇਸ ਹੜਤਾਲ 'ਤੇ ਬਹਿਣਾ ਪੈ ਰਿਹਾ। ਉਹਦੇ ਲਈ ਜ਼ਿੰਮੇਵਾਰ ਸਿਰਫ ਗਵਰਨਮੈਂਟ ਆ, ਜਿਹੜੀ ਸਾਡੀ ਸੁਣਵਾਈ ਨਹੀਂ ਕੋਈ ਕਰ ਰਹੀ। ਸਾਡੀ ਹੜਤਾਲ ਕੰਟੀਨਿਊ ਰਹੇਗੀ ਕਿ ਰੁਕੇਗੀ? ਹਾਂਜੀ, ਸਾਡੀ ਹੜਤਾਲ ਕੰਟੀਨਿਊ ਰਹੇਗੀ ਟਿਲ ਜਦੋਂ ਤੱਕ ਸਾਨੂੰ ਕੋਈ ਵੀ ਸਰਕਾਰ ਵੱਲੋਂ ਕੁਝ ਵੀ ਨਹੀਂ ਆ ਜਾਂਦਾ। ਥੜੀ ਮੇਨ ਮੰਗਾ ਕੀ? ਜਲੰਧਰ ਮੇਂ ਆਸ਼ਾ ਵਰਕਰੋਂ ਨੇ ਆਪਣੀ ਮੰਗੋ ਕੋ ਲੇਕਰ ਸਿਵਲ ਸਰਜਨ ਕੋ ਸੌਪਾ ਮੰਗ ਪੱਤਰ। ਪੱਤਰ ਦੇਣਾ ਹੈ ਜੇ ਸਾਰੀਆਂ ਕੁੜੀਆਂ ਦੂਰੋਂ ਦੂਰੋਂ ਆ ਕੇ ਕੰਮ ਕਰ ਰਹੀਆਂ ਨੇ, ਪੋਸਟਿਵ ਏਰੀਆ 'ਚ ਕਰਦੀਆਂ, ਉਹਨਾਂ ਨੂੰ ਮਤਲਬ ਪੈਸਿਆਂ ਹੱਥੋਂ ਮਤਲਬ 1,000 ਰੁਪਇਆ ਮਹੀਨੇ ਦਾ ਮਿਲ ਰਿਹਾ, ਉਹਦੇ ਕਰਕੇ ਅਸੀਂ ਆਏ ਹਾਂ ਵੀ ਉਹਦੇ ਨਾਲ ਕੋਈ ਗੁਜ਼ਾਰਾ ਨਹੀਂ ਉਹਨਾਂ ਦਾ। ਮਤਲਬ ਕੋਈ ਇੰਨਾ ਪੈਟਰੋਲ ਦਾ ਖਰਚਾ ਕਿਸੇ ਨੂੰ, ਲੰਬੇ ਪਿੰਡ ਵਾਲੀਆਂ ਨੂੰ ਜੇ ਬਸਤੀ ਵਿੱਚ ਜਾਂਦੀਆਂ, ਇੰਨੀ ਦੂਰ ਦੂਰ ਉਹ ਕੰਮ ਕਰ ਰਹੀਆਂ ਨੇ, ਕਮ ਸੇ ਕਮ ਸਰਕਾਰ ਉਹਨਾਂ ਨੂੰ 750 ਰੁਪਇਆ ਪਰ ਦਿਨ ਦਾ ਦੇਣ, ਉਹਨਾਂ ਨੂੰ ਪੈਟਰੋਲ ਦਾ ਖਰਚਾ ਦੇਣ, ਕਹਿਤਾ ਉਹਨਾਂ ਦੀਆਂ ਥੋੜ੍ਹੀ ਬਹੁਤ ਜਿਹੜੀਆਂ ਤਨਖਾਹਾਂ ਲਗਾਈਆਂ ਜਾਣ, ਕਿਉਂਕਿ ਜਿਹੜੀਆਂ ਇਨਸੈਂਟਿਵ 'ਤੇ ਕੰਮ ਕਰਦੀਆਂ, ਆਪਣੇ ਪਰਿਵਾਰ ਛੱਡਿਆ, ਧੁੱਪ ਨਹੀਂ ਦੇਖਦੀਆਂ, ਚਾਹ ਨਹੀਂ ਦੇਖਦੀਆਂ, ਜਦੋਂ ਫੋਨ ਆਉਂਦਾ ਉਸੇ ਟਾਈਮ ਨਿਕਲਣ ਦੀ ਉਹ ਕਰਦੀਆਂ ਕਿ ਤਰਫ ਜਾਈਏ ਕੰਮ ਕਰੀਏ। ਸਰਕਾਰ ਨੂੰ ਕੁਛ ਉਹਨਾਂ ਦਾ ਸੋਚਣਾ ਚਾਹੀਦਾ ਹੈ। ਅਤੇ ਮੈਮ, ਜਿੱਦਾਂ ਕਿ ਜਿਹੜੇ ਆਸ਼ਾ ਵਾਸਤੇ ਇੱਕ ਏਰੀਆ ਦਿੱਤੇ ਜਾਂਦੇ ਆ ਤੁਹਾਨੂੰ, ਕਿ ਆਸ਼ਾ ਵਰਕਰ ਨੇ ਇਸ ਏਰੀਆ ਵਿੱਚ ਕੰਮ ਕਰਨਾ, ਜਿੱਦਾਂ ਕਿ ਹੁਣ ਕੋਰੋਨਾ ਦੀ ਮਹਾਮਾਰੀ ਚੱਲਦੀ ਪਈ ਹੈ, ਉਹਦੇ ਵਿੱਚ ਤੁਹਾਨੂੰ ਏਰੀਆ ਵਾਈਜ਼ ਕੰਮ ਦਿੱਤਾ ਜਾ ਰਿਹਾ ਕਿ ਤੁਸੀਂ ਆਲ ਓਵਰ ਮਤਲਬ ਕਰ ਰਹੇ ਹੋ? ਅਸੀਂ ਆਊਟ ਆਫ ਏਰੀਆ, ਕਿਸੇ ਨੂੰ ਹਰ ਇੱਕ ਆਸ਼ਾ ਵਰਕਰ ਨੂੰ ਆਪਣਾ ਏਰੀਆ ਨਹੀਂ ਮਿਲ ਰਿਹਾ, ਉਹ ਹਰ ਕਿਸੇ ਦੂਸਰੇ ਆਸ਼ਾ ਵਰਕਰ ਦੇ ਏਰੀਆ 'ਚ ਕੰਮ ਕਰ ਰਹੀ ਹਾਂ। ਜਿੱਦਾਂ ਟੀਮਾਂ ਬਣਾਈਆਂ ਜਾਂਦੀਆਂ, ਉਹ ਟੀਮ ਜੇ ਮੰਨ ਲਓ ਕਿਸੇ ਡਿਸਪੈਂਸਰੀ ਦੇ ਆਸ਼ਾ ਵਰਕਰਾਂ ਦੀ ਨਹੀਂ ਮਤਲਬ ਟੀਮ ਘੱਟ ਪੈ ਰਹੀ ਹੈ, ਤਾਂ ਉਹ ਦੂਸਰੇ ਆਪਸ 'ਚ ਗੱਲ ਕਰਕੇ ਟੀਮਾਂ ਮੰਗਵਾ ਲੈਂਦੇ ਆ, ਫਿਰ ਉੱਥੇ ਆਸ਼ਾ ਵਰਕਰਾਂ ਨੂੰ ਜਾਣਾ ਪੈਂਦਾ। ਅਤੇ ਜਿਹੜੀ ਪਿੱਛੇ ਜੇ ਤੁਹਾਡੇ ਇੱਕ ਆਸ਼ਾ ਵਰਕਰ ਜਿਹੜੀ ਸੀਗੀ ਉਹ ਬੇਹੋਸ਼ ਹੋ ਗਏ ਸੀਗੇ, ਹਾਂਜੀ, ਉਹਦੇ ਵਿੱਚ ਸਿਹਤ ਵਿਭਾਗ ਨੇ ਕੁਛ ਕੀਤਾ ਨਹੀਂ ਤੁਹਾਡੇ ਨਾਲ? ਨਹੀਂ, ਉਹਦੇ ਵਿੱਚ ਵੀ ਕੁਛ ਨਹੀਂ, ਹਜੇ ਉਹਨਾਂ ਦਾ ਕੀਤਾ, ਬਸ ਕੁਛ ਨੇ ਤਾਂ ਮਤਲਬ ਕੁਛ ਵੀ ਨਹੀਂ, ਉਸ ਤਰ੍ਹਾਂ ਦੀ ਮਤਲਬ ਕੋਈ ਅਜੇ ਖਬਰ ਆਈ, ਨਾ ਹੀ ਕਿਸੇ ਨੇ ਕੁਛ ਕੀਤਾ, ਨਾ ਕੁਛ ਕਰਨਾ, ਨਾ ਹੀ ਕਿਸੇ ਨੇ ਕਰਨਾ। ਅਸੀਂ ਉਮੀਦ ਕਰਦੇ ਹਾਂ ਜਿਹੜੀਆਂ ਹੁਣ ਮੋਗੇ ਦੀਆਂ 4 ਆਸ਼ਾ ਵਰਕਰਾਂ ਜਿਹੜੀਆਂ ਪੋਜ਼ਿਟਿਵ ਆਈਆਂ ਨੇ, ਕੀ ਸਰਕਾਰ ਨੇ ਉਹਨਾਂ ਦਾ ਕੀ ਸੋਚਿਆ, ਕੀ ਸਰਕਾਰ ਉਹਨਾਂ ਦੇ ਪਰਿਵਾਰ ਨੂੰ ਸਹੂਲਤਾਂ ਦੇਣਗੀਆਂ? ਮੰਨ ਲਓ ਰੱਬ ਨਾ ਕਰੇ ਅਗਰ ਜੇ ਕੱਲ੍ਹ ਨੂੰ ਕੁਛ ਉਹਨਾਂ ਨੂੰ ਹੋ ਜਾਂਦਾ 4 ਆਸ਼ਾ ਵਰਕਰਾਂ 'ਚੋਂ, ਜੇ 4 ਆਸ਼ਾ ਵਰਕਰਾਂ 'ਚ ਮੰਨ ਲਓ ਕਿਸੇ ਨੂੰ ਵੀ ਇੱਕ ਨੂੰ ਕੁਛ ਹੋ ਜਾਂਦਾ, ਕੀ ਸਰਕਾਰ ਉਹਨਾਂ ਨੂੰ ਉਹਨਾਂ ਦੀ ਜਗ੍ਹਾ 'ਤੇ ਨੌਕਰੀ ਦੇਣਗੀਆਂ?
कि उन्हों का कुछ बीमा किया जो उन्होंने घरदियों भी हो गए कि हाँ जी सानू कोई मतलब कुछ मिलना हर आशा वर्कर का वो अगर सानू कुछ हो भी जाएगा तो साढ़े मैंबर घर के जो फैमिली मैंबर है उन्होंने कुछ मिल सके इस करके सरकार को साड़ी यही मांग है जोड़े असं अदर एरिए भी जाके काम कर रहे हैं वो वास्ते सानू प्रतिदिन 750 जोड़ा 1000 रुपया महीना लगया 1000 रुपया महीना नहीं होना चाहिए सी साडा 1000 रुपया एक दिन का होना चाहिए सी वे असी क्या 750 ही लगा दो पेट्रोल खर्चा अलग तो मेरी सरकार कोविड-19 के चलते गुरु नानक मिशन चौक में जनता को जागरूक करने के लिए बनाई गई विशाल पेंटिंग। जलंधर में ब्रिटानिया कंपनी द्वारा जिला प्रशासन को सौंपे गए 10,000 बिस्कुट के पैकेट। कोविड-19 के चलते दिनदार ड्यूटी दे रहे बिजली मुलाजिमों के हक में समाज सेवक संदीप शर्मा ने सीएम को लिखा मांग पत्र। मुख्यमंत्री कैप्टन अमरिंदर सिंह ने देश के गृह मंत्री को हस्तक्षेप कर कोरोना वायरस के चलते प्रवासियों के लिए विशेष ट्रेन चलाने का किया आग्रह। फंसे हुए लोगों को वापस भेजने के लिए 18 बसों में 464 यात्रियों को जम्मू कश्मीर के लिए किया रवाना। सारा संस्था ने कांग्रेस द्वारा प्रवासियों के हक में लिए गए फैसले का किया स्वागत। ये थी अब तक की विशेष रिपोर्ट। आगे की रिपोर्ट लेकर जल्द होंगे आज। तब तक के लिए कैमरामैन विजय शर्मा के साथ पूजा को दें इजाजत।